ਇਹ ਆਸਾਨ ਪ੍ਰਯੋਗ ਸਾਦੇ ਜਿਹੇ ਆਸਾਨੀ ਨਾਲ ਮਿਲਣ ਵਾਲੇ ਸਮਾਨ ਨਾਲ ਅਸੀਂ ਕਰ ਸਕਦੇ ਹਾਂ। ਇਸ ਲਈ ਤੁਹਾਨੂੰ ਇੱਕ ਲੱਕੜ ਦਾ ਸਟੈਂਡ, ਹੈਕਸੋ ਬਲੇਡ, ਜੁੱਤੀਆਂ ਨੂੰ ਜੋੜਨ ਵਾਲੀਆਂ ਕਿਲਾਂ ਅਤੇ ਮੋਮਬੱਤੀ ਚਾਹੀਦੀ ਹੋਵੇਗੀ। ਪਹਿਲਾਂ ਹੈਕਸੋ ਬਲੇਡ ਨੂੰ ਵੁਡਨ ਸਟੈਂਡ 'ਤੇ ਲਗਾ ਦਿਓ। ਹੁਣ ਬਲੇਡ 'ਤੇ ਮੋਮ ਦੀਆਂ ਕੁਝ ਬੂੰਦਾਂ ਗਿਰਾ ਕੇ ਉਸ ਉੱਤੇ ਕਿੱਲਾਂ ਟਿਕਾ ਲਓ। ਤੁਸੀਂ ਹੁਣ ਹੈਕਸੋ ਬਲੇਡ ਨੂੰ ਸਿੱਧਾ ਕਰ ਲਵੋ, ਤੁਹਾਨੂੰ ਇਹ ਕਿੱਲ ਟੰਗੇ ਹੋਏ ਦਿਖਾਈ ਦੇਣਗੇ। ਹੁਣ ਬਲਦੀ ਹੋਈ ਮੋਮਬੱਤੀ ਨੂੰ ਹੈਕਸੋ ਬਲੇਡ 'ਤੇ ਇੱਕ ਪਾਸੇ ਲਗਾਓ। ਇਹ ਬਲੇਡ ਗਰਮ ਹੋ ਜਾਵੇਗਾ ਅਤੇ ਹੌਲੀ ਹੌਲੀ ਇੱਕ ਇੱਕ ਕਰਕੇ ਸਾਰੀਆਂ ਕਿੱਲਾਂ ਹੇਠਾਂ ਡਿੱਗ ਜਾਣਗੀਆਂ। ਹੀਟ ਨੂੰ ਇੱਕ ਪਾਸੇ ਤੋਂ ਦੂਜੇ ਪਾਸੇ ਜਾਣ ਲਈ ਕੁਝ ਸਮਾਂ ਲੱਗਦਾ ਹੈ। ਅਖੀਰਲੀ ਬਲੇਡ ਨੂੰ ਗਿਰਨ 'ਤੇ 15 ਮਿੰਟ ਤੱਕ ਲੱਗ ਸਕਦੇ ਹਨ ਕਿਉਂਕਿ ਹੀਟ ਨੂੰ ਟ੍ਰਾਂਸਫੋਰਮ ਹੋਣ 'ਤੇ ਸਮਾਂ ਲੱਗਦਾ ਹੈ। ਇਹ ਬੜਾ ਹੀ ਆਨੰਦਦਾਇਕ ਪ੍ਰਯੋਗ ਹੈ।